ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਵਿੱਚ ਸੀਵਰੇਜ ਦੀ ਸੇਵਾ ਕਰ ਰਿਹਾ ਪਿਛਲੇ ਕਈ ਸਾਲਾਂ ਤੋਂ। ਆਪਣੇ ਮਾਪਿਆਂ ਦੇ ਕਹਿਣਿਆਂ ਦੇ ਵਿੱਚ ਆਪਾਂ ਇਹ ਦੱਸੇ ਹੋਏ ਮਾਰਗ ਤੇ ਚੱਲਣਾ, ਐਸ ਹਮੇਸ਼ਾ ਜਿਹੜੀ ਸਿਰ ਨੂੰ ਚੜ੍ਹਦੀ ਆ। ਅੱਜ ਤੁਹਾਨੂੰ 21 ਸਾਲ ਦੇ ਉਸ ਨੌਜਵਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਵਾਹਿਗੁਰੂ ਦੇ ਲੜ ਲੱਗਿਆ। ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਵਿੱਚ ਸੀਵਰੇਜ ਦੀ ਸੇਵਾ ਕਰ ਰਿਹਾ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦੀ ਸੇਵਾ ਕਰ ਰਿਹਾ, ਹਾਲਾਂਕਿ ਜਾਨ ਦਾ ਖਤਰਾ ਵੀ ਬਹੁਤ ਹੈ। ਸੋ ਉਹ ਨੌਜਵਾਨ 21 ਸਾਲਾਂ ਨੌਜਵਾਨ ਸਾਡਾ ਮੌਜੂਦ ਹੈ ਜਸਪ੍ਰੀਤ। ਸਭ ਤੋਂ ਮੁਸ਼ਕਲ ਕੰਮ ਹੈ ਸੀਵਰੇਜ ਦੀ ਸੇਵਾ ਕਰਨਾ, ਕਈ ਵਾਰੀ ਹਾਦਸੇ ਵੀ ਹੁੰਦੇ ਹੈ, ਕਿ ਕਦੀ ਡਰ ਨਹੀਂ ਲੱਗਾ ਤੇ ਕਿਵੇਂ ਮਨ ਦੇ ਵਿੱਚ ਆਇਆ ਕਿ ਬਾਕੀ ਸੇਵਾਵਾਂ ਛੱਡ ਕੇ, ਬਾਕੀ ਕੀ ਦੁਨੀਆ ਬਹੁਤ ਸੇਵਾ ਕਰਦੀ ਹੈ ਜਿਵੇਂ ਜਿਹੜੀ ਬਰਤਨਾਂ ਦੀ ਸੇਵਾ, ਪਰਕਰਮਾ ਦੀ ਸੇਵਾ ਬਹੁਤ ਸੇਵਾ ਕਰਦੀ, ਲੇਕਿਨ ਤੁਸੀਂ ਸੀਵਰੇਜ ਦੀ ਸੇਵਾ ਹੀ ਕਿਉਂ ਚੁਣੀ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਨੂੰ ਪਤਾ ਹੀ ਹੈ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਘਰ ਦਾ ਸੇਵਾ ਨਿਭਾਉਂਦਾ ਸੀਵਰੇਜ ਦੀ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਵੇਖੋ ਬੜੀ ਕਲਾ ਵਰਤੀ, ਪਹਿਲਾਂ ਤਾਂ ਕੋਈ ਨਾ ਵੀਡੀਓ ਨਾ ਕੋਈ ਆਪਾਂ ਇਹੋ ਜਿਹਾ ਸੰਦੇਸ਼ ਦਿੱਤਾ ਆ, ਇਹ ਜਦੋਂ ਮਹਾਰਾਜ ਆਉਂਦੇ ਹੁੰਦੇ ਨਾ ਵੀ ਆਪੇ ਕਰੇ ਕਰਾਵੇ ਆਪ। ਸੋ ਐਸੀ ਕਲਾ ਵਰਤੀ ਆ, ਇੱਕ ਵੀਡੀਓ ਪਈ ਤੇ ਸੋ ਸਾਰੇ ਭਰਾਵਾਂ ਨੇ, ਪੱਤਰਕਾਰਾਂ ਸਾਹਿਬਾਨ ਨੇ, ਸਾਰਿਆਂ ਨੂੰ ਦੁਨੀਆ ਨੂੰ ਸੰਦੇਸ਼ ਦਿੱਤਾ ਵੀ ਵੇਖੋ ਗੁਰੂ ਮਹਾਰਾਜ ਜੀ ਘਰ ਸੇਵਾ ਲਾਉਂਦੇ ਆ। ਸੋ ਇਹ ਜਿਹੜੀ ਸੇਵਾ ਮਹਾਰਾਜ ਨੇ ਬਖਸ਼ੀ ਆ, ਇਹ ਸਾਡੇ ਮਾਪਿਆਂ ਨੇ ਜਿੱਦਾਂ ਸਾਨੂੰ ਸਮਝਾਇਆ ਆ ਵੀ ਆਹ ਮਹਾਰਾਜ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਆ। ਸੋ ਆਪਾਂ ਆਪਣੇ ਮਾਪਿਆਂ ਦੇ ਕਹਿਣਿਆਂ ਦੇ ਵਿੱਚ ਆਪਾਂ ਇਹ ਦੱਸੇ ਹੋਏ ਮਾਰਗ ਤੇ ਚੱਲਣੇ। ਕਿੰਨੀ ਦੇਰ ਹੋ ਗਈ ਤੁਹਾਨੂੰ ਸੇਵਾ ਕਰਦੇ ਲਗਾਤਾਰ, ਕਿੰਨੀ ਦੇਰ ਹੋ ਗਈ ਹੈ ਤੇ ਕਿਹੋ ਜਿਹਾ ਫੀਲ ਹੁੰਦਾ ਵੀ ਜਦੋਂ ਤੁਸੀਂ ਸੀਵਰੇਜ, ਕਿਉਂਕਿ ਬਹੁਤ ਦੁੱਖ ਤਕਲੀਫਾਂ ਵੀ ਹੁੰਦੀਆਂ, ਮੈਂ ਗੈਸ ਵੀ ਚੜ੍ਹਦੀ ਆ, ਸੋ ਉਸ ਤੋਂ ਬਾਅਦ ਦਾ ਸਰਵਾਈਵ ਕਿਵੇਂ ਦਾ ਰਹਿੰਦਾ? ਦੇਖੋ ਗੈਸ ਸੀਵਰੇਜ ਦੇ ਵਿੱਚ ਅਕਸਰ ਲਈ ਸਭ ਨੂੰ ਪਤਾ ਹੀ ਆ ਕਿ ਹੁੰਦੀ ਹੈ ਜਦੋਂ ਸੀਵਰੇਜ ਖੋਲੀਦਾ ਆ, ਤੇ ਸੀਵਰ ਦੇ ਵਿੱਚ ਗੈਸ ਜਿਹੜੇ ਕਾਰਪੋਰੇਸ਼ਨ ਦੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਪਤਾ ਹੀ ਆ, ਤਾਂ ਤਕਰੀਬਨ ਹੀ ਜਿਹੜੇ ਸੀਵਰ ਖੋਲਦੇ ਆ ਕਿ ਗੈਸ ਹਮੇਸ਼ਾ ਜਿਹੜੀ ਸਿਰ ਨੂੰ ਚੜ੍ਹਦੀ ਆ। ਸੋ ਗੈਸ ਚੜ੍ਹਨ ਦਾ ਕਾਰਨ ਇਹ ਆ ਕਿ ਮਤਲਬ ਉਹਦੇ ਜਿਹੜੀ ਝਿੱਗ ਜੀ ਹੁੰਦੀ ਆ ਬਣੀ, ਉਹ ਚੀਜ਼ ਨੂੰ ਲੈ ਕੇ ਕਿਉਂ ਸੀਵਰ ਬੰਦ ਹੁੰਦਾ ਆ, ਤਾਂ ਕਰਕੇ ਗੈਸ ਜਿਹੜੀ ਆ ਬਣ ਜਾਂਦੀ ਆ ਉਹਦੇ ਵਿੱਚ। ਸੋ ਆਪਾਂ ਇਹ ਗੈਸ ਸਕੂਲ ਦੀ ਚਲੋ ਪਰਵਾਹ ਨਹੀਂ ਕਰਦੇ, ਮਹਾਰਾਜ ਦੀ ਕਿਰਪਾ ਆ। ਸੋ ਕਈ ਭਰਾ ਕਹਿੰਦੇ ਵੀ ਆ ਗਲਵਸ ਪਾਓ ਜਾਂ ਮਤਲਬ ਮਾਸਕ ਲਾਓ, ਤੇ ਕਈ ਵੀਰ ਇਹ ਵੀ ਕਹਿੰਦੇ ਆ ਇਹ ਨਿਹਰੀ ਬਿਮਾਰੀ ਆ, ਗੰਦਗੀ ਆ, ਇਹਨੂੰ ਮਸ਼ੀਨਾਂ ਨਾਲ ਸਾਫ਼ ਕੀਤਾ ਜਾਵੇ। ਦੇਖੋ ਮਸ਼ੀਨਾਂ ਮਹਾਰਾਜ ਕਿਰਪਾ ਕਰਨ, ਜਿਹੜੇ ਵੀਰ ਨੇ ਕਮੈਂਟ 'ਚ ਵੀ ਕਿਹਾ ਮਸ਼ੀਨਾਂ ਨਾਲ ਸਾਫ਼ ਕੀਤਾ ਜਾਵੇ, ਉਦੋਂ ਤਾਂ ਕਿੱਥੇ ਆ ਵੀਰ, ਉਦੋਂ ਮਤਲਬ ਉਦੋਂ ਜਾ ਕੇ ਉੱਥੇ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ਕਿਤੇ ਵੀ ਜਾ ਕੇ ਕਿਤੇ ਕਹਿੰਦਾ ਹਾਂ ਵੀ ਮਸ਼ੀਨਾਂ ਨਾਲ ਕਰਾਈ ਜਾਵੇ, ਠੀਕ ਨਹੀਂ? ਇਹ ਮਹਾਰਾਜ ਨੇ ਸੇਵਾ ਲੈਣੀ ਆ, ਇਹ ਜਿਹਦੇ ਕੋਲ ਵੀ ਲੈਣੀ ਆ, ਭਾਵੇਂ ਉਹ ਲੈ ਲਏ ਬਾਹਰ ਸੜਕਾਂ 'ਤੇ ਝਾੜੂ ਮਾਰਨ ਦੀ, ਭਾਵੇਂ ਲੈ ਲਏ ਉਹ ਸੀਵਰੇਜ ਦੀ, ਅਤੇ ਭਾਵੇਂ ਲੈ ਲਏ ਬਰਤਨਾਂ ਦੀ, ਉਹ ਜਿਹੜੇ ਜਿਹਦੇ ਜਿੱਦਾਂ ਦੇ ਕਰਮੇ ਉਹ ਤਾਂ ਦੀ ਮਹਾਰਾਜ ਨੇ ਸੇਵਾ ਲੈਣੀ। ਕਿੰਨਾ ਟਾਈਮ ਲੱਗਦਾ ਸੀਵਰੇਜ ਸਾਫ਼ ਕਰਨ ਨੂੰ, ਕਿਉਂਕਿ ਤੁਸੀਂ ਐਤਵਾਰ ਦੇ ਐਤਵਾਰ ਸੇਵਾ ਕਰਦੇ ਹੋ, ਕਿੰਨਾ ਟਾਈਮ ਲੱਗਦਾ ਵੈ ਅਤੇ ਉਸ ਤੋਂ ਬਾਅਦ ਦਾ ਸਮਾਂ ਕਿਵੇਂ ਰਹਿੰਦਾ ਵੈ ਤੁਹਾਡੇ ਲਈ? ਸੋ ਟਾਈਮ ਵੇਖੋ ਸੀਵਰੇਜ ਦੇ ਵਿੱਚ, ਵੱਡੇ ਸੀਵਰੇਜ ਦੇ ਵਿੱਚ ਤੋਂ ਸੇਵਾ ਜਿਹੜੀ ਆ ਕੋਈ ਮੇਰੇ ਹਿਸਾਬ ਨਾਲ ਮਹਾਰਾਜ ਦੀ ਕਿਰਪਾ ਨਾਲ 10 ਤੋਂ 15 ਟੱਪ ਨਿਕਲਦੇ ਉਹਦੇ ਵਿੱਚੋਂ। ਸੋ ਉਹ ਟੱਪ ਕੱਢਣ ਦੇ ਬਾਵਜੂਦ ਆਪਾਂ ਅਕਸਰ ਲੈਣ ਸੇ ਵੀ ਮੁੰਡੇ ਜਿੰਨੇ ਭਰਾ ਆ ਆਪਾਂ ਅੱਗੇ ਲਾ ਕੇ ਸਿਰਾਂ ਦੇ ਟੱਪ ਚੁੱਕ ਕੇ, ਸੋ ਨਾਲ ਦੀ ਨਾਲ ਹੀ ਆਪਾਂ ਟਰਾਲੀ ਦੇ ਵਿੱਚ ਸੁੱਟ ਕੇ ਆਉਂਦੇ ਹਾਂ, ਅਤੇ ਟਰਾਲੀ ਜਿਹੜੀ ਸੇਵਾ ਜਿੰਨੀ ਹੁੰਦੀ ਹੈ ਉਹ ਗਾੜੀ ਡੰਪ ਦੇ ਵਿੱਚ ਸੁੱਟ ਆਉਂਦੀ ਹੈ। ਕਿੰਨੇ ਮੁੰਡੇ ਤੁਹਾਡੇ ਨਾਲ ਹੈ? ਕਿਉਂਕਿ ਸ਼ੁਰੂਆਤ ਤੁਸੀਂ ਜੇ 5 ਸਾਲ ਪਹਿਲਾਂ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਸੀ ਉਦੋਂ ਤੁਸੀਂ ਇਕੱਲੇ ਹੀ ਹੋਵੋਗੇ, ਲੇਕਿਨ ਹੁਣ ਤੁਹਾਡੇ ਨਾਲ ਟੀਮ ਦੇ ਵਿੱਚ ਕਿੰਨੇ ਜਣੇ? ਦੇਖੋ ਪਹਿਲਾਂ ਆਪਣੇ ਨਾਲ ਮੁੰਡੇ ਭਰਾ ਜਿੰਨੇ ਵੀ ਸੱਜਣ ਸੀਗੇ, ਕੋਈ UK ਚਲ ਗਿਆ, ਕੋਈ ਕਿਤੇ ਚਲ ਗਿਆ, ਕੋਈ ਕਿਤੇ, ਕੋਈ ਉੱਤਰਾਖੰਡ ਦੇ ਵੀਰ ਹੀ, ਉਹਨਾਂ ਦੀਆਂ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਈਆਂ। ਸੋ ਆਪਾਂ ਅੰਦਰ ਦਰਬਾਰ ਦੀ ਸੇਵਾ ਕਰਦੇ ਹੁੰਦੇ ਹਾਂ, ਦਰਬਾਰ ਦੀ ਸੇਵਾ ਕਰਨ ਤੋਂ ਬਾਅਦ ਇਹ ਸਵੇਰੇ ਇਹ ਲਾਉਂਦੇ ਹੁੰਦੇ ਹਾਂ, ਸੋ ਸਾਰੇ ਭਰਾ ਪਹਿਲੇ ਆਪਣੇ ਨਮਸਤਕ ਹੋ ਗਏ, ਬਾਹਰ ਚਲ ਗਏ ਮਹਾਰਾਜ ਦੀ ਕਿਰਪਾ ਨਾਲ। ਸੋ ਬਾਕੀ ਰਹੀ ਇਹ ਜਿਹੜੇ ਵੀਰ ਆ, ਹੁਣ ਮਹਾਰਾਜ ਨੇ ਉਹ ਗੱਲ ਆ ਜਾਂਦੀ ਹੈ ਵੀ ਸੱਚੇ ਪਾਤਸ਼ਾਹ ਨੇ ਆਪੇ ਜੋੜਤੇ ਆ ਨਾਲ,
ਹੁਣ ਇਹ ਜੁੜਨ ਦੇ ਬਾਵਜੂਦ ਜਿਹੜਾ ਇੱਕ ਆਪਣਾ ਵੀਰ ਆ ਵੀਰ ਜੀ, ਉਹਨਾਂ ਨੂੰ ਪਤਾ ਆ ਉਹਨੂੰ ਇੱਕ ਨੂੰ ਨੌਕਰੀ ਮਿਲ ਗਈ ਆ, ਉਹਦੀ ਮਨੋਕਾਮਨਾ ਪੂਰੀ ਹੋ ਗਈ, ਠੀਕ ਆ, ਉਹ ਫਿਰ ਵੀ ਐਤਵਾਰ ਸੰਡੇ ਵਾਲੇ ਦਿਨ ਟਾਈਮ ਕੱਟ ਕੇ ਮਹਾਰਾਜ ਦੇ ਘਰ ਨਮਸਤਕ ਹੁੰਦਾ ਆ। ਸੋ ਮਹਾਰਾਜ ਕਿਰਪਾ ਕਰਨ, ਇੱਦਾਂ ਨਾਲ ਦੀ ਨਾਲ ਜੁੜੇ ਰਹਿਣ ਅਤੇ ਸੇਵਾ ਜਿਹੜੀ ਆ ਮਹਾਰਾਜ ਦੇ ਘਰ ਨਿਭਾਈ ਜਾਣ ਚੜ੍ਹਦੀ ਕਲਾ 'ਚ, ਅਤੇ ਜਿਹੜਾ ਭੜਕਣਾ ਆ ਉਹ ਮਹਾਰਾਜ ਨੇ ਆਪੇ ਕਿਰਪਾ ਕਰ ਦੇਣੀ ਆ। ਸੋ ਮਹਾਰਾਜ ਦੇ ਨਾਲ ਲੜ ਲੱਗੇ ਰਹਿਣ। ਬਹੁਤ ਮੁਸ਼ਕਲ ਤੁਸੀਂ ਸੇਵਾ ਕਰਦੇ ਹੋ, ਐਤਵਾਰ ਦੇ ਐਤਵਾਰ ਨੂੰ ਬਹੁਤ ਸੇਵਾ ਕਰਦੇ ਹੋ, ਮੁਸ਼ਕਲ ਮੁਸ਼ਕਲਾਂ ਦੀ ਸੇਵਾ ਵਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੀ ਕਦਰ ਪਾਈ ਹੈ ਤੁਹਾਡੀ ਸੇਵਾ ਦੀ? ਦੇਖੋ, ਕਦਰ ਤੇ ਮਹਾਰਾਜ ਕਿਰਪਾ ਕਰਨ, ਜਿੰਨੇ ਵੀ ਉੱਥੇ ਜਿਹੜੇ ਨੌਕਰੀ ਕਰਦੇ ਨੇ ਅਫਸਰ ਸਾਹਿਬਾਨ ਆਪਣੇ, ਸਾਰਿਆਂ ਦਾ ਸਤਿਕਾਰ ਤਹਿ ਦਿਲੋਂ ਧੰਨਵਾਦ ਹੈ ਜੀ, ਬੜਾ ਸਤਿਕਾਰ ਆਪਾਂ ਨੂੰ, ਚਲੋ ਸਾਰੇ ਹੀ ਪਿਆਰ ਕਰਦੇ ਆ, ਆਪਾਂ ਸਭ ਦਾ ਸੰਗਤ, ਆਪਾਂ ਸੰਗਤ ਦੇ ਥਰੂ ਹੀ ਵਰਤਦੇ ਉਹਨਾਂ ਨੂੰ, ਆਪਾਂ ਇਹ ਨਹੀਂ ਕਹਿੰਦੇ ਜੀ ਇੰਚਾਰਜ ਨੇ ਜਾਂ ਕੋਈ ਨਹੀਂ, ਆਪਣੇ ਨਾਲ ਬਿਲਕੁਲ ਹੀ ਆਉਣ ਦੀ ਸਪੋਰਟ, ਮਤਲਬ ਵਧੀਆ ਘੈਂਟ ਦਿਲੋਂ ਬੱਚਿਆਂ ਵਾਂਗੂ ਮਤਲਬ ਪਿਆਰ ਕਰਦੇ, ਜਿਹੜੇ ਵੱਡੇ ਨੇ ਜਿਹੜੇ ਛੋਟੇ ਨੇ ਉਹ ਭਰਾਵਾਂ ਵਾਂਗੂ ਪਿਆਰ ਕਰਦੇ ਨੇ, ਮਤਲਬ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਕਿ ਕਮੇਟੀ ਦਾ ਬੰਦਾ ਸਾਡੇ ਨਾਲ ਤਰਾਜ਼ੀ ਕਰਦਾ ਹੋਵੇ ਜਾਂ ਸਾਨੂੰ ਨੋਕ ਟੋਕ ਕਰਦਾ ਹੋਵੇ। ਸੋ ਉਹਨਾਂ ਦੀ ਸਪੋਰਟ ਹੈ, ਦੇਖੋ ਜਿਹੜੇ ਤਲਵਿੰਦਰ ਸਿੰਘ ਜੀ, ਮੋਨੂ ਭਾਜੀ, ਹਰਪ੍ਰੀਤ ਸਿੰਘ ਸ਼ਹੀਦਾਂ ਸਾਹਿਬ ਦੇ ਮੈਨੇਜਰ ਸਾਹਿਬ ਨੇ, ਸੋ ਬਹੁਤ ਨਾਈਸ, ਮੇਰੇ ਦੁੱਖ ਸੁੱਖ ਦੇ ਵਿੱਚ ਬੜੀ ਮੇਰੀ ਹਮਾਇਤ ਕੀਤੀ ਉਹਨਾਂ ਨੇ, ਸੋ ਬੜਾ ਮੈਨੂੰ ਵਧੀਆ ਲੱਗਦਾ, ਮੈਨੂੰ ਉਹਨਾਂ 'ਤੇ ਮਾਣ ਆ ਕਿ ਮੇਰਾ ਰਾਤ ਦਿਨ ਮੇਰੀ ਮਤਲਬ ਹਰੇਕ ਅੱਧੀ ਜ਼ਬਾਨ ਨਾਲ ਫੋਨ ਕਰੀਏ ਰਾਤ ਵੀ, ਅਤੇ ਆਪਣੇ ਆਉਣ ਦੀ ਸਪੋਰਟ ਹਾਜ਼ਰ ਹੁੰਦੀ ਹੈ। ਆਖਰੀ ਸਵਾਲ, ਤੁਹਾਡੀ ਵੀਡੀਓ ਬਹੁਤ ਵਾਇਰਲ ਹੋਈ ਹੈ ਸੇਵਾ ਕਰਦੇ ਸੀਰਤ ਦੇ ਵਿੱਚ ਵੜ ਕੇ ਸੇਵਾ ਕਰਨ ਦੀ ਹੈ, ਲੇਕਿਨ ਉਸ ਤੋਂ ਬਾਅਦ ਕਈ ਲੋਕ ਤੁਹਾਨੂੰ ਅਪਸ਼ਬਦ ਵੀ ਕਹਿੰਦੇ ਆ ਜਦੋਂ ਤੁਹਾਡੀ ਵੀਡੀਓ ਵਾਇਰਲ ਹੁੰਦੀ, ਉਸ ਦੇ ਵਿੱਚ ਬੜਾ ਕੁਛ ਤੁਹਾਨੂੰ ਬੋਲਦੇ ਵੀ ਹੈ, ਕਿਹੋ ਜਿਹਾ ਫੀਲ ਹੁੰਦਾ ਕਿ ਜੀ ਵਾਹਿਗੁਰੂ ਦੇ ਲੜਦੇ ਨਾਲ ਲੱਗੇ ਹੋ ਲੇਕਿਨ ਲੋਕ ਉਸੇ ਵਾਹਿਗੁਰੂ ਦੇ ਬੰਦੇ ਹੀ ਤੁਹਾਨੂੰ ਗਲਤ ਬੋਲਦੇ? ਵੇਖੋ, ਉਹ ਮੱਦ ਬੁੱਧੀ ਲੋਕ ਹੁੰਦੇ ਨੇ ਜਿਹੜੇ, ਮਤਲਬ ਕਹਿਣ ਦਾ ਭਾਵ ਇਹ ਆ ਕਿ ਮਹਾਰਾਜ ਦੀ ਕਿਰਪਾ ਨਾਲ ਉਹ ਸੱਚੇ ਪਾਤਸ਼ਾਹ ਅੱਗੇ ਇਹੋ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਬੁੱਤ ਬਖਸ਼ੇ, ਸੱਚੇ ਪਾਤਸ਼ਾਹ ਕਿਰਪਾ ਕਰਨ। ਸੋ ਮਾੜਾ ਜਿੰਨਾ ਬੋਲਣਗੇ ਸਾਡੇ ਪਾਪ ਤੋਂ ਬਣੇ, ਆਪਣਾ ਅਲ ਪਹਿਲਾਂ ਧਿਆਨ ਮਾਰਨ, ਆਪਣਾ ਹਿਰਦਾ ਸਾਫ਼ ਕਰਨ। ਹਿਰਦਾ ਸਾਫ਼ ਇੱਦਾਂ ਨਹੀਂ ਹੋਣਾ ਕਿ ਇਹਨੂੰ ਮਾੜਾ ਕਹੀਏ ਅਤੇ ਆਪਾਂ ਮਤਲਬ ਫੇਮ ਲੈ ਲਈਏ, ਫੇਮ ਇੱਦਾਂ ਨਹੀਂ ਮਿਲਦੇ, ਨਾ ਕਿ ਅਸੀਂ ਫੇਮ ਭਾਲਣ ਦੀ ਖਾਤਰ ਇੰਟਰਵਿਊ ਦੇਣੇ, ਨਾ ਕਿ ਆਪਾਂ ਕੋਈ ਪੈਸੇ ਦੀ ਖਾਤਰ ਇੰਟਰਵਿਊ ਦੇਣੇ, ਸਿਰਫ ਇੱਕ ਵੀਡੀਓ ਚਲੋ ਚੱਲੀਆਂ ਸੀਗੀਆਂ ਸਾਡੀਆਂ, ਆਪਾਂ ਸੰਗਤ ਨੂੰ ਆਪਣੇ ਭਰਾਵਾਂ ਨੂੰ ਸੰਦੇਸ਼ ਦੇਣੇ ਆ। ਸੋ ਮੇਰੇ ਵੀਰ ਜਿੰਨੇ ਵੀ ਆ, ਆਪਣੇ ਬਾਬਾ ਦੀਪ ਸਿੰਘ ਦੇ ਨਾਲ ਆਪਾਂ ਜੁੜੀਏ, ਚੜ੍ਹਦੀ ਕਲਾਸ ਜਿਹੜੇ ਆਪਾਂ ਇੱਧਰ ਉੱਧਰ ਭੜਕੇ ਆ, ਇੰਨੇ ਚਿਰ ਤੇ ਭੜਕਾਊ ਭਾਸ਼ਣ ਦਿੰਦੇ ਆ, ਸਾਡੇ ਪੰਥ ਨੂੰ ਵੀ ਮਾੜਾ ਬੋਲਦੇ ਆ ਕਈ। ਸੋ ਉਹ ਵੀਰ ਭਰਾਵਾਂ ਨੂੰ, ਸਾਰਿਆਂ ਨੂੰ ਬੇਨਤੀ ਆ ਵੀ ਉਹਨਾਂ ਨੂੰ ਇਹੋ ਸਮਝਾਇਆ ਕਰੋ, ਕਿਸੇ ਨੂੰ ਕੋਈ ਗਲਤ ਰਾਇ ਨਾ ਦਿਆ ਕਰੇ। ਸੋ ਨਾਲ ਜਿਹੜੇ ਜਿਹੜੇ ਧਰਮਾਂ ਨੂੰ ਮੰਨਦੇ ਆ, ਉਹ ਆਪੋ ਆਪਣੇ ਧਰਮਾਂ ਨਾਲ ਨਮਸਤਕ ਹੋ ਕੇ ਸੇਵਾ ਕਰਿਆ ਕਰ। ਸੋ ਐਸਾ ਨੇ 21 ਸਾਲਾ ਜਸਪ੍ਰੀਤ ਸਿੰਘ ਜਿਹੜੇ ਪਿਛਲੇ ਕਈ ਸਾਲਾਂ ਤੋਂ ਸ਼ਹੀਦਾਂ ਸਾਹਿਬ ਦੇ ਸੀਵਰੇਜ ਦੀ ਸੇਵਾ ਨਿਭਾ ਰਹੇ, ਹਾਲਾਂਕਿ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਕਈ ਲੋਕ ਉਹਨਾਂ ਨੂੰ ਬੁਰਾ ਭਲਾ ਵੀ ਕਹਿੰਦੇ ਆ, ਲੇਕਿਨ ਉਹਨਾਂ ਦੇ ਲਈ ਵੀ ਮੂੰਹੋਂ ਚੰਗੇ ਸ਼ਬਦ ਜ਼ਰੂਰ ਕੱਢ ਰਹੇ ਆ ਅਤੇ ਕਹਿੰਦੇ ਆ ਕਿ ਜਿਹੋ ਜਿਹੀ ਸੇਵਾ ਉਹ ਕਰਦੇ ਆ ਉਹਨਾਂ ਨੂੰ ਵੀ ਅੱਗੇ ਆ ਕੇ ਲੋਕਾਂ ਨੂੰ ਉਹੋ ਜਿਹੀ ਸੇਵਾ ਕਰਨੀ ਚਾਹੀਦੀ, ਕਿਉਂਕਿ ਜਾਨ ਜ਼ਰੂਰ ਜੋਖਮ 'ਚ ਪੈਂਦੇ ਆ, ਕਈ ਜ਼ਹਿਰੀਲੀਆਂ ਗੈਸਾਂ ਵੀ ਸੀਵਰੇਜ ਦੇ ਅੰਦਰ ਹੁੰਦੀਆਂ ਵਾ। ਲੇਕਿਨ ਸਾਰੀਆਂ ਗੱਲਾਂ ਛੱਡ ਕੇ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾਉਂਦੇ ਜਸਪ੍ਰੀਤ ਸਿੰਘ ਨਜ਼ਰ ਆ ਰਹੇ। ਅਮਿਤ ਸ਼ਰਮਾ, ਨਿਊਜ਼ 18, ਅੰਮ੍ਰਿਤਸਰ।